ਦੋਸਤੋ, ਕਹਾਣੀ ਦੀ ਸ਼ੁਰੂਆਤ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਪੂਰੀ ਦੁਨੀਆ ਖਤਮ ਹੋ ਗਈ ਹੁੰਦੀ ਹੈ। ਸਿਰਫ ਕੁਝ ਹੀ ਲੋਕ ਬਚੇ ਹਨ ਅਤੇ ਕੋਈ ਵੀ ਜਾਨਵਰ ਇਸ ਧਰਤੀ 'ਤੇ ਨਹੀਂ ਬਚਿਆ। ਅਤੇ ਹੁਣ ਇਸ ਧਰਤੀ 'ਤੇ ਕੋਈ ਵੀ ਫਸਲ ਨਹੀਂ ਹੁੰਦੀ। ਜਿੰਨੇ ਵੀ ਇਨਸਾਨ ਹੁਣ ਇਸ ਧਰਤੀ 'ਤੇ ਬਚੇ ਹਨ, ਉਹ ਆਦਮਖੋਰ ਬਣ ਚੁੱਕੇ ਹਨ। ਉਹ ਇਨਸਾਨਾਂ ਨੂੰ ਹੀ ਮਾਰ ਕੇ ਖਾਂਦੇ ਹਨ, ਕਿਉਂਕਿ ਜੇਕਰ ਉਹਨਾਂ ਇਸ ਤਰ੍ਹਾਂ ਨਹੀਂ ਕੀਤਾ ਤਾਂ ਉਹ ਜ਼ਿੰਦਾ ਨਹੀਂ ਰਹਿ ਸਕਦੇ। ਅਤੇ ਜੋ ਵੀ ਇਸ ਤਰ੍ਹਾਂ ਨਹੀਂ ਕਰ ਪਾਇਆ, ਜਾਂ ਤਾਂ ਉਹ ਭੁੱਖਾ ਮਰ ਗਿਆ ਅਤੇ ਜਾਂ ਫਿਰ ਉਸਨੂੰ ਆਪਣੀ ਜਾਨ ਗੁਆਉਣੀ ਪਈ। ਅਤੇ ਇਸ ਮਾਹੌਲ ਵਿੱਚ ਇੱਕ ਪਿਤਾ ਆਪਣੇ ਬੱਚੇ ਨੂੰ ਇੱਕ ਸਫ਼ਰ 'ਤੇ ਲੈ ਕੇ ਜਾਣਾ ਚਾਹੁੰਦਾ ਹੈ ਜਿੱਥੇ ਉਹਨਾਂ ਦੀ ਜਾਨ ਬਚ ਸਕਦੀ ਹੈ। ਇਸ ਕਹਾਣੀ ਦੀ ਸ਼ੁਰੂਆਤ ਵਿੱਚ ਇੱਕ ਪਿਤਾ ਅਤੇ ਉਸਦੇ ਬੇਟੇ ਨੂੰ ਦਿਖਾਇਆ ਜਾਂਦਾ ਹੈ ਜੋ ਕਿ ਇੱਕ ਸੜਕ 'ਤੇ ਤੁਰੇ ਜਾ ਰਹੇ ਹੁੰਦੇ ਹਨ। ਇਹਨਾਂ ਦੇ ਕੋਲ ਇੱਕ ਟਰੋਲੀ ਹੁੰਦੀ ਹੈ ਜਿਸ ਵਿੱਚ ਇਹਨਾਂ ਦੀ ਜ਼ਰੂਰਤ ਦਾ ਸਮਾਨ ਹੁੰਦਾ ਹੈ। ਇਹਨਾਂ ਦੋਵਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਹੈ। ਜੌਨ ਰਸਤੇ ਵਿੱਚ ਇੱਕ ਥਾਂ 'ਤੇ ਰੁਕ ਜਾਂਦਾ ਹੈ ਅਤੇ ਉਹ ਆਪਣੇ ਬੇਟੇ ਨੂੰ ਇੱਕ ਰਿਵਾਲਵਰ ਦਿਖਾਉਂਦਾ ਹੈ। ਰਿਵਾਲਵਰ ਵਿੱਚ ਦੋ ਗੋਲੀਆਂ ਹੁੰਦੀਆਂ ਹਨ ਅਤੇ ਉਹ ਆਪਣੇ ਬੇਟੇ ਨੂੰ ਕਹਿੰਦਾ ਹੈ ਕਿ ਤੈਨੂੰ ਪਤਾ ਹੈ ਕਿ ਇਸ ਨੂੰ ਕਿਵੇਂ ਚਲਾਉਣਾ ਹੈ। ਤੂੰ ਇਸ ਨੂੰ ਆਪਣੇ ਮੂੰਹ ਵਿੱਚ ਰੱਖਣਾ ਹੈ ਅਤੇ ਟਰਿਗਰ ਦਬਾਉਣਾ ਹੈ ਜਿਸ ਨਾਲ ਤੇਰੀ ਜਾਨ ਚਲੀ ਜਾਵੇਗੀ। ਅਤੇ ਇਸ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਗਲੇ ਨਾਲ ਲਗਾ ਲੈਂਦਾ ਹੈ। ਜੌਨ ਇੱਕ ਦਿਨ ਆਪਣੇ ਬੇਟੇ ਨਾਲ ਗੱਡੀ ਵਿੱਚ ਸੌਂ ਰਿਹਾ ਹੁੰਦਾ ਹੈ। ਫਿਰ ਉਸਨੂੰ ਇੱਕ ਟਰੱਕ ਦੀ ਆਵਾਜ਼ ਸੁਣਦੀ ਹੈ ਅਤੇ ਉਹ ਵੇਖਦਾ ਹੈ ਕਿ ਉਹ ਟਰੱਕ ਉਹਨਾਂ ਵੱਲ ਆ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਲੋਕ ਅਤੇ ਉਹਨਾਂ ਕੋਲ ਹਥਿਆਰ ਹੁੰਦੇ ਹਨ। ਅਤੇ ਜੌਨ ਉਹਨਾਂ ਤੋਂ ਬਚਣ ਲਈ ਗੱਡੀ ਵਿੱਚੋਂ ਬਾਹਰ ਨਿਕਲ ਕੇ ਇੱਕ ਜਗ੍ਹਾ 'ਤੇ ਲੁਕ ਜਾਂਦਾ ਹੈ ਅਤੇ ਉੱਥੇ ਹੀ ਉਹਨਾਂ ਲੋਕਾਂ ਦਾ ਟਰੱਕ ਖਰਾਬ ਹੋ ਜਾਂਦਾ ਹੈ ਅਤੇ ਉਹਨਾਂ ਵਿੱਚੋਂ ਇੱਕ ਆਦਮੀ ਟੋਇਲਟ ਕਰਨ ਲਈ ਉੱਥੇ ਆਉਂਦਾ ਹੈ ਜਿੱਥੇ ਜੌਨ ਅਤੇ ਉਸਦਾ ਬੇਟਾ ਲੁਕੇ ਹੁੰਦੇ ਹਨ। ਫਿਰ ਉਹ ਬੰਦਾ ਜੌਨ ਅਤੇ ਉਸਦੇ ਬੇਟੇ ਨੂੰ ਵੇਖ ਲੈਂਦਾ ਹੈ ਅਤੇ ਜੌਨ ਕੋਲ ਜਿਹੜੀ ਗਨ ਹੁੰਦੀ ਹੈ ਉਹ ਉਸ 'ਤੇ ਤਾਣ ਦਿੰਦਾ ਹੈ ਅਤੇ ਜੌਨ ਉਸਨੂੰ ਕਹਿੰਦਾ ਹੈ ਕਿ ਜੇਕਰ ਤੂੰ ਇੱਥੋਂ ਪਿੱਛੇ ਮੁੜ ਕੇ ਵੇਖਿਆ ਤਾਂ ਮੈਂ ਤੇਰੇ 'ਤੇ ਗੋਲੀ ਚਲਾ ਦੇਵਾਂਗਾ। ਫਿਰ ਜੌਨ ਉਸਨੂੰ ਪੁੱਛਦਾ ਹੈ ਕਿ ਤੁਸੀਂ ਕੀ ਖਾਂਦੇ ਹੋ ਤਾਂ ਉਹ ਬੰਦਾ ਕਹਿੰਦਾ ਹੈ ਕਿ ਜੋ ਵੀ ਮਿਲੇ ਅਸੀਂ ਖਾ ਲੈਂਦੇ ਹਾਂ। ਫਿਰ ਜੌਨ ਸਮਝ ਜਾਂਦਾ ਹੈ ਕਿ ਇਹ ਇੱਕ ਆਦਮਖੋਰ ਹੈ। ਉਹ ਬੰਦਾ ਜੌਨ ਨੂੰ ਕਹਿੰਦਾ ਹੈ ਕਿ ਤੈਨੂੰ ਵੇਖ ਕੇ ਲੱਗਦਾ ਹੈ ਕਿ ਤੂੰ ਹਜੇ ਤੱਕ ਕਿਸੇ ਇਨਸਾਨ ਨੂੰ ਨਹੀਂ ਮਾਰਿਆ। ਫਿਰ ਜੌਨ ਕਹਿੰਦਾ ਹੈ ਹਾਂ, ਪਰ ਮੈਂ ਆਪਣੇ ਬੇਟੇ ਲਈ ਕਿਸੇ ਨੂੰ ਵੀ ਮਾਰ ਸਕਦਾ ਹਾਂ। ਫਿਰ ਉਹ ਬੰਦਾ ਆਪਣਾ ਚਾਕੂ ਕੱਢਦਾ ਹੈ ਅਤੇ ਜੌਨ ਦੇ ਬੇਟੇ ਦੀ ਗਰਦਨ 'ਤੇ ਰੱਖ ਦਿੰਦਾ ਹੈ। ਅਤੇ ਜੌਨ ਉਸਨੂੰ ਕਹਿੰਦਾ ਹੈ ਕਿ ਮੇਰੇ ਬੇਟੇ ਨੂੰ ਛੱਡ ਦੇ, ਨਹੀਂ ਤਾਂ ਮੈਂ ਤੇਰੇ ਗੋਲੀ ਮਾਰ ਦੇਵਾਂਗਾ। ਅਤੇ ਜੌਨ ਉਸਦੇ ਗੋਲੀ ਮਾਰ ਦਿੰਦਾ ਹੈ। ਗੋਲੀ ਦੀ ਆਵਾਜ਼ ਸੁਣ ਕੇ ਉਸਦੇ ਸਾਥੀ ਉੱਥੇ ਆਉਂਦੇ ਹਨ, ਪਰ ਇੰਨੇ ਚਿਰ ਤੱਕ ਜੌਨ ਇੱਕ ਜਗ੍ਹਾ 'ਤੇ ਲੁਕ ਜਾਂਦਾ ਹੈ। ਕਾਫ਼ੀ ਚਿਰ ਤੱਕ ਉੱਥੇ ਰੁਕੇ ਰਹਿਣ ਤੋਂ ਬਾਅਦ ਜੌਨ ਉੱਥੋਂ ਨਿਕਲਦਾ ਹੈ ਅਤੇ ਉਨੇ ਚਿਰ ਤੱਕ ਉਹ ਲੋਕ ਵੀ ਉੱਥੋਂ ਜਾ ਚੁੱਕੇ ਸਨ। ਫਿਰ ਜੌਨ ਆਪਣੀ ਟਰੋਲੀ ਕੋਲ ਜਾਂਦਾ ਹੈ ਅਤੇ ਉਹ ਵੇਖਦਾ ਹੈ ਕਿ ਉਹ ਲੋਕ ਉਸਦਾ ਸਾਰਾ ਸਮਾਨ ਲੈ ਕੇ ਚਲੇ ਗਏ ਹਨ ਅਤੇ ਉਸਦਾ ਬਚਿਆ ਹੋਇਆ ਖਾਣ ਪੀਣ ਦਾ ਸਮਾਨ ਵੀ ਖਤਮ ਹੋ ਚੁੱਕਾ ਸੀ। ਫਿਰ ਇਹ ਦੋਵੇਂ ਆਪਣਾ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਨ ਅਤੇ ਪੂਰੇ ਦਿਨ ਪੈਦਲ ਚੱਲਣ ਤੋਂ ਬਾਅਦ ਇਹ ਇੱਕ ਫਲਾਈਓਵਰ ਅਤੇ ਇੱਕ ਟਰੱਕ ਵਿੱਚ ਰਾਤ ਗੁਜ਼ਾਰਦੇ ਹਨ। ਜੌਨ ਨੂੰ ਪਤਾ ਹੁੰਦਾ ਹੈ ਕਿ ਸਾਊਥ ਵਿੱਚ ਕੁਝ ਚੰਗੇ ਲੋਕ ਹਨ ਜੋ ਆਪਣਾ ਜੀਵਨ ਉੱਥੇ ਬਤੀਤ ਕਰਦੇ ਹਨ ਅਤੇ ਉਹ ਹਰ ਹਾਲਤ ਵਿੱਚ ਆਪਣੇ ਬੇਟੇ ਨੂੰ ਸਾਊਥ ਵਾਲੀ ਜਗ੍ਹਾ 'ਤੇ ਲੈ ਕੇ ਜਾਣਾ ਚਾਹੁੰਦਾ ਹੈ। ਜਦੋਂ ਜੌਨ ਥੋੜ੍ਹਾ ਜਿਹਾ ਅੱਗੇ ਜਾਂਦਾ ਹੈ ਤਾਂ ਉਸ ਨੂੰ ਇੱਕ ਘਰ ਦਿਸਦਾ ਹੈ ਅਤੇ ਜੌਨ ਉਸ ਘਰ ਵਿੱਚ ਜਾਂਦਾ ਹੈ ਅਤੇ ਉੱਥੇ ਜਾ ਕੇ ਉਹ ਖਾਣ ਦਾ ਸਮਾਨ ਲੱਭਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹਨਾਂ ਦੋਵਾਂ ਨੂੰ ਬਹੁਤ ਭੁੱਖ ਲੱਗੀ ਹੁੰਦੀ ਹੈ। ਜਦੋਂ ਉਹ ਥੱਲੇ ਵੇਖਦਾ ਹੈ ਤਾਂ ਉਸ ਨੂੰ ਇੱਕ ਤਹਿਖਾਨਾ ਦਿਸਦਾ ਹੈ ਅਤੇ ਉਹ ਸਮਝ ਜਾਂਦਾ ਹੈ ਕਿ ਇੱਥੇ ਜ਼ਰੂਰ ਖਾਣ ਲਈ ਕੁਝ ਨਾ ਕੁਝ ਹੋਵੇਗਾ। ਜਦੋਂ ਜੌਨ ਉਸ ਤਹਿਖਾਨੇ ਵਿੱਚ ਜਾਂਦਾ ਹੈ ਤਾਂ ਉਹ ਵੇਖਦਾ ਹੈ ਕਿ ਉੱਥੇ ਬਹੁਤ ਸਾਰੇ ਲੋਕ ਹੁੰਦੇ ਹਨ ਜਿਨ੍ਹਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਹੈ ਅਤੇ ਜੌਨ ਸਮਝ ਜਾਂਦਾ ਹੈ ਕਿ ਇਹਨਾਂ ਨੂੰ ਉਹਨਾਂ ਆਦਮਖੋਰਾਂ ਨੇ ਬੰਦੀ ਬਣਾਇਆ ਹੋਇਆ ਹੈ। ਫਿਰ ਜੌਨ ਆਪਣੇ ਬੇਟੇ ਨੂੰ ਲੈ ਕੇ ਉਸ ਘਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਅਤੇ ਇੱਕ ਜਗ੍ਹਾ 'ਤੇ ਲੁਕ ਜਾਂਦਾ ਹੈ। ਜੌਨ ਹੁਣ ਸਾਰੀ ਰਾਤ ਉੱਥੇ ਕੱਟਦਾ ਹੈ। ਅਗਲੇ ਦਿਨ ਜੌਨ ਇੱਥੋਂ ਇੱਕ ਸੁਰੱਖਿਅਤ ਜਗ੍ਹਾ 'ਤੇ ਚਲਾ ਜਾਂਦਾ ਹੈ। ਜੌਨ ਆਪਣੇ ਬੇਟੇ ਨੂੰ ਖਾਣ ਲਈ ਇੱਕ ਪੀਸ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਹ ਆਪਣੇ ਤੋਂ ਇਹ ਆਖਰੀ ਖਾਣਾ ਬਚਿਆ ਹੈ। ਜੌਨ ਜਾਣਦਾ ਹੈ ਕਿ ਉਹਨਾਂ ਦਾ ਖਾਣਾ ਹੁਣ ਖਤਮ ਹੋ ਗਿਆ ਹੈ ਅਤੇ ਖਾਣੇ ਤੋਂ ਬਿਨਾਂ
ਇੱਥੇ ਜ਼ਿੰਦਾ ਰਹਿਣਾ ਬਹੁਤ ਮੁਸ਼ਕਿਲ ਹੈ। ਫਿਰ ਜਦੋਂ ਇਹ ਇੱਥੋਂ ਅੱਗੇ ਜਾਂਦੇ ਹਨ ਤਾਂ ਇਹਨਾਂ ਨੂੰ ਇੱਕ ਘਰ ਦਿਸਦਾ ਹੈ। ਜੌਨ ਹੁਣ ਉਸ ਘਰ ਵਿੱਚ ਖਾਣੇ ਦੀ ਤਲਾਸ਼ ਲਈ ਜਾਂਦਾ ਹੈ, ਪਰ ਇਹਨਾਂ ਨੂੰ ਉੱਥੇ ਖਾਣ ਲਈ ਕੁਝ ਵੀ ਨਹੀਂ ਮਿਲਦਾ। ਜਦੋਂ ਜੌਨ ਉਸ ਘਰ ਦੇ ਪਿੱਛੇ ਜਾਂਦਾ ਹੈ ਤਾਂ ਉਹਨੂੰ ਉੱਥੇ ਇੱਕ ਢੱਕਣ ਦਿਸਦਾ ਹੈ। ਜਦੋਂ ਢੱਕਣ ਚੁੱਕ ਕੇ ਥੱਲੇ ਜਾਂਦਾ ਹੈ ਤਾਂ ਉਹ ਵੇਖਦਾ ਹੈ ਕਿ ਉੱਥੇ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਹੈ ਜਿਸ ਵਿੱਚ ਬਹੁਤ ਸਾਰਾ ਖਾਣਾ ਹੈ। ਜੌਨ ਬਹੁਤ ਖੁਸ਼ ਹੋ ਜਾਂਦਾ ਹੈ। ਅੱਜ ਜੌਨ ਅਤੇ ਉਸਦੇ ਬੇਟੇ ਨੇ ਕਈ ਮਹੀਨਿਆਂ ਬਾਅਦ ਭਰ ਪੇਟ ਖਾਣਾ ਖਾਧਾ ਹੈ। ਜਦੋਂ ਇਹ ਰਾਤ ਨੂੰ ਇੱਥੇ ਰੁਕੇ ਹੁੰਦੇ ਹਨ ਤਾਂ ਉੱਪਰੋਂ ਕਿਸੇ ਦੇ ਲੰਘਣ ਦੀ ਆਵਾਜ਼ ਆਉਂਦੀ ਹੈ ਅਤੇ ਜੌਨ ਦਾ ਬੇਟਾ ਕਹਿੰਦਾ ਹੈ ਕਿ ਕੋਈ ਜਾਨਵਰ ਹੈ ਅਤੇ ਜੌਨ ਕਹਿੰਦਾ ਹੈ ਨਹੀਂ, ਇਹ ਜਗ੍ਹਾ ਆਪਣੇ ਲਈ ਸੁਰੱਖਿਅਤ ਨਹੀਂ ਹੈ। ਅਗਲੇ ਦਿਨ ਇਹ ਬਹੁਤ ਸਾਰਾ ਖਾਣਾ ਆਪਣੇ ਨਾਲ ਲੈ ਕੇ ਸਫ਼ਰ 'ਤੇ ਤੁਰ ਪੈਂਦੇ ਹਨ। ਜਦੋਂ ਇਹ ਥੋੜ੍ਹਾ ਜਿਹਾ ਅੱਗੇ ਜਾਂਦੇ ਹਨ ਤਾਂ ਇਹਨਾਂ ਨੂੰ ਇੱਕ ਬੁੱਢਾ ਆਦਮੀ ਤੁਰਿਆ ਜਾਂਦਾ ਦਿਸਦਾ ਹੈ। ਜਦੋਂ ਉਹ ਆਦਮੀ ਪਿੱਛੇ ਮੁੜ ਕੇ ਵੇਖਦਾ ਹੈ ਤਾਂ ਉਹ ਇਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਮੇਰਾ ਪਿੱਛਾ ਕਿਉਂ ਕਰ ਰਹੇ ਹੋ? ਤਾਂ ਜੌਨ ਉਸ ਨੂੰ ਕਹਿੰਦਾ ਹੈ ਕਿ ਅਸੀਂ ਤੇਰਾ ਪਿੱਛਾ ਨਹੀਂ ਕਰ ਰਹੇ। ਫਿਰ ਉਹ ਆਦਮੀ ਆਪਣਾ ਬੈਗ ਇਹਨਾਂ ਵੱਲ ਸੁੱਟਦਾ ਹੈ। ਤਾਂ ਜੌਨ ਉਸ ਨੂੰ ਕਹਿੰਦਾ ਹੈ ਕਿ ਅਸੀਂ ਚੋਰ ਨਹੀਂ ਹਾਂ। ਉਸ ਬੁੱਢੇ ਆਦਮੀ ਦੀ ਹਾਲਤ ਬਹੁਤ ਖਰਾਬ ਹੁੰਦੀ ਹੈ। ਫਿਰ ਜੌਨ ਦਾ ਬੇਟਾ ਕਹਿੰਦਾ ਹੈ ਕਿ ਅਸੀਂ ਇਸ ਨੂੰ ਕੁਝ ਖਾਣ ਲਈ ਦੇ ਸਕਦੇ ਹਾਂ। ਪਹਿਲਾਂ ਤਾਂ ਜੌਨ ਮਨ੍ਹਾ ਕਰਦਾ ਹੈ, ਫਿਰ ਉਹ ਮੰਨ ਜਾਂਦਾ ਹੈ। ਜੌਨ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਵੀ ਸਾਡੇ ਵਾਂਗੂ ਮੁਸਾਫਿਰ ਹੈ। ਫਿਰ ਜੌਨ ਉਸ ਬੁੱਢੇ ਆਦਮੀ ਨੂੰ ਕਹਿੰਦਾ ਹੈ ਕਿ ਤੂੰ ਰਾਤ ਨੂੰ ਸਾਡੇ ਨਾਲ ਡਿਨਰ ਕਰਨਾ ਚਾਹੁੰਦਾ ਹੈ? ਤਾਂ ਉਹ ਬੁੱਢਾ ਆਦਮੀ ਕਹਿੰਦਾ ਹੈ ਹਾਂ। ਫਿਰ ਇਹ ਸਾਰੀ ਰਾਤ ਡਿਨਰ ਕਰਦੇ ਹਨ। ਫਿਰ ਉਹ ਬੁੱਢਾ ਆਦਮੀ ਜੌਨ ਨੂੰ ਕਹਿੰਦਾ ਹੈ ਕਿ ਜਦੋਂ ਮੈਂ ਪਹਿਲੀ ਵਾਰ ਤੇਰੇ ਬੇਟੇ ਨੂੰ ਵੇਖਿਆ ਤਾਂ ਮੈਨੂੰ ਲੱਗਿਆ ਕਿ ਇਹ ਇੱਕ ਏਂਜਲ ਹੈ, ਕਿਉਂਕਿ ਮੈਂ ਕਈ ਸਾਲਾਂ ਤੋਂ ਕਿਸੇ ਬੱਚੇ ਨੂੰ ਨਹੀਂ ਵੇਖਿਆ। ਮੇਰਾ ਵੀ ਇੱਕ ਬੇਟਾ ਸੀ ਜਿਸ ਨੂੰ ਦੂਜੇ ਲੋਕਾਂ ਨੇ ਮਾਰ ਦਿੱਤਾ। ਫਿਰ ਇਹ ਸਾਰੀ ਰਾਤ ਇੱਥੇ ਕੱਟਦੇ ਹਨ। ਅਗਲੇ ਦਿਨ ਉਹ ਬੁੱਢਾ ਆਦਮੀ ਇੱਥੋਂ ਉੱਠ ਕੇ ਚਲਾ ਜਾਂਦਾ ਹੈ। ਜੌਨ ਦਾ ਬੇਟਾ ਚਾਹੁੰਦਾ ਹੈ ਕਿ ਉਹ ਬੁੱਢਾ ਆਦਮੀ ਵੀ ਇਹਨਾਂ ਨਾਲ ਹੀ ਰਹੇ, ਪਰ ਜੌਨ ਨੂੰ ਪਤਾ ਹੈ ਕਿ ਜੇਕਰ ਉਹ ਇਹਨਾਂ ਨਾਲ ਰਿਹਾ ਤਾਂ ਇਹਨਾਂ ਦਾ ਸਫ਼ਰ ਹੋਰ ਮੁਸ਼ਕਿਲ ਹੋ ਜਾਵੇਗਾ ਅਤੇ ਖਾਣਾ ਵੀ ਛੇਤੀ ਮੁੱਕ ਜਾਵੇਗਾ। ਇਸ ਲਈ ਜੌਨ ਉਸ ਬੁੱਢੇ ਆਦਮੀ ਨੂੰ ਨਹੀਂ ਰੋਕਦਾ। ਫਿਰ ਇਹ ਦੋਵੇਂ ਸਾਊਥ ਵੱਲ ਤੁਰ ਪੈਂਦੇ ਹਨ। ਹੁਣ ਜੌਨ ਦੀ ਤਬੀਅਤ ਵੀ ਖਰਾਬ ਹੋਣ ਲੱਗ ਜਾਂਦੀ ਹੈ। ਫਿਰ ਉਹ ਆਪਣੇ ਬੇਟੇ ਨੂੰ ਇੱਕ ਨਕਸ਼ਾ ਦਿਖਾਉਂਦਾ ਹੈ ਅਤੇ ਕਹਿੰਦਾ ਹੈ ਕਿ ਆਪਾਂ ਸਮੁੰਦਰ ਦੇ ਬਹੁਤ ਨੇੜੇ ਹਾਂ, ਫਿਰ ਆਪਾਂ ਸਮੁੰਦਰ ਦੇ ਸਹਾਰੇ ਸਾਊਥ ਵੱਲ ਜਾਵਾਂਗੇ। ਜੌਨ ਨੂੰ ਸਮੁੰਦਰ ਵਿੱਚ ਇੱਕ ਕਿਸ਼ਤੀ ਦਿਸਦੀ ਹੈ। ਫਿਰ ਉਹ ਆਪਣੇ ਬੇਟੇ ਨੂੰ ਕਹਿੰਦਾ ਹੈ ਕਿ ਜਿੰਨਾ ਚਿਰ ਤੱਕ ਮੈਂ ਵਾਪਸ ਨਹੀਂ ਆਉਂਦਾ ਤੂੰ ਇੱਥੇ ਰੁਕ ਕੇ ਮੇਰਾ ਇੰਤਜ਼ਾਰ ਕਰੀ। ਜੌਨ ਉਸਨੂੰ ਉਹ ਬੰਦੂਕ ਦਿੰਦਾ ਹੈ ਅਤੇ ਕਿਸ਼ਤੀ ਰਾਹੀਂ ਅੱਗੇ ਚਲਾ ਜਾਂਦਾ ਹੈ। ਫਿਰ ਜੌਨ ਦਾ ਬੇਟਾ ਉੱਥੇ ਹੀ ਸੌਂ ਜਾਂਦਾ ਹੈ ਅਤੇ ਜਦੋਂ ਉਹ ਸਵੇਰੇ ਉੱਠਦਾ ਹੈ ਤਾਂ ਉਹ ਵੇਖਦਾ ਹੈ ਕਿ ਉਸਦਾ ਸਾਰਾ ਸਮਾਨ ਚੋਰੀ ਹੋ ਗਿਆ ਹੈ। ਫਿਰ ਜੌਨ ਵੀ ਵਾਪਸ ਆ ਜਾਂਦਾ ਹੈ ਅਤੇ ਆਪਣੇ ਨਾਲ ਕੁਝ ਸਮਾਨ ਲੈ ਕੇ ਆਉਂਦਾ ਹੈ ਅਤੇ ਉਹ ਵੇਖਦਾ ਕਿ ਉਹਨਾਂ ਦਾ ਸਾਰਾ ਸਮਾਨ ਚੋਰੀ ਹੋ ਗਿਆ ਹੈ, ਪਰ ਰਿਵਾਲਵਰ ਹਜੇ ਵੀ ਜੌਨ ਦੇ ਬੇਟੇ ਕੋਲ ਹੁੰਦਾ ਹੈ। ਫਿਰ ਉਹ ਆਪਣੇ ਬੇਟੇ ਨੂੰ ਚੁੱਕ ਕੇ ਉਸ ਆਦਮੀ ਦੇ ਪਿੱਛੇ ਭੱਜਦਾ ਹੈ ਜੋ ਇਹਨਾਂ ਦਾ ਸਮਾਨ ਚੋਰੀ ਕਰਕੇ ਲੈ ਕੇ ਗਿਆ ਹੁੰਦਾ ਹੈ। ਥੋੜ੍ਹੀ ਦੂਰ 'ਤੇ ਉਹ ਆਦਮੀ ਇਹਨਾਂ ਨੂੰ ਮਿਲ ਜਾਂਦਾ ਹੈ। ਫਿਰ ਜੌਨ ਉਸ 'ਤੇ ਆਪਣੀ ਬੰਦੂਕ ਤਾਣ ਦਿੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਮੇਰੇ ਕੱਪੜੇ ਅਤੇ ਜੁੱਤੇ ਵਾਪਸ ਦੇ। ਉਹ ਆਦਮੀ ਬਹੁਤ ਡਰਿਆ ਹੋਇਆ ਹੁੰਦਾ ਹੈ ਅਤੇ ਉਸ ਕੋਲ ਵੀ ਚਾਕੂ ਹੁੰਦਾ ਹੈ। ਜੌਨ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਮੇਰਾ ਸਮਾਨ ਵਾਪਸ ਕਰ ਦੇ, ਨਹੀਂ ਤਾਂ ਮੈਂ ਤੇਰੇ ਗੋਲੀ ਮਾਰ ਦੇਵਾਂਗਾ। ਤਾਂ ਉਹ ਆਦਮੀ ਇਸ ਨੂੰ ਕਹਿੰਦਾ ਹੈ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ, ਮੈਂ ਮਰ ਜਾਵਾਂਗਾ। ਪਰ ਜੌਨ ਉਸ ਦੀ ਗੱਲ ਨਹੀਂ ਮੰਨਦਾ ਅਤੇ ਉਸ ਨੂੰ ਸਾਰਾ ਸਮਾਨ ਵਾਪਸ ਦੇਣਾ ਪੈਂਦਾ ਹੈ। ਫਿਰ ਜੌਨ ਦਾ ਬੇਟਾ ਉਸ ਨਾਲ ਬਹੁਤ ਗੁੱਸੇ ਹੁੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਸਾਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਫਿਰ ਜੌਨ ਵੀ ਮੰਨ ਜਾਂਦਾ ਹੈ ਅਤੇ ਜਦੋਂ ਉਹ ਫਿਰ ਉਸੇ ਜਗ੍ਹਾ ਵਾਪਸ ਆਉਂਦੇ ਹਨ ਤਾਂ ਉਹ ਬੰਦਾ ਉੱਥੇ ਨਹੀਂ ਹੁੰਦਾ। ਫਿਰ ਇਹ ਥੋੜ੍ਹਾ ਜਿਹਾ ਖਾਣਾ ਅਤੇ ਕੱਪੜੇ ਉਸ ਆਦਮੀ ਲਈ ਰੱਖ ਕੇ ਉੱਥੋਂ ਚਲੇ ਜਾਂਦੇ ਹਨ। ਫਿਰ ਇਹ ਜਦੋਂ ਥੋੜ੍ਹਾ ਜਿਹਾ ਅੱਗੇ ਜਾਂਦੇ ਹਨ ਤਾਂ ਇੱਕ ਘਰ ਦੇ ਕੋਲੋਂ ਦੀ ਲੰਘਦੇ ਹਨ। ਉਸ ਘਰ ਵਿੱਚੋਂ ਇੱਕ ਤੀਰ ਇਹਨਾਂ ਦੇ ਵੱਲ ਨੂੰ ਆਉਂਦਾ ਹੈ ਅਤੇ ਜੌਨ ਅਤੇ ਉਸਦਾ ਬੇਟਾ ਟਰੋਲੀ ਦੇ ਪਿੱਛੇ ਲੁਕ ਜਾਂਦੇ ਹਨ। ਫਿਰ ਇੱਕ ਦੂਜਾ ਤੀਰ ਆਉਂਦਾ ਹੈ ਅਤੇ ਉਹ ਜੌਨ ਦੇ ਪੈਰ 'ਤੇ ਜਾ ਕੇ ਲੱਗਦਾ ਹੈ। ਜੌਨ ਜਦੋਂ ਕਿਸ਼ਤੀ 'ਤੇ ਸਮੁੰਦਰ ਵਿੱਚ ਗਿਆ ਸੀ
ਤਾਂ ਉਸਨੂੰ ਉੱਥੇ ਇੱਕ ਫਲੇਅਰ ਗੰਨ ਲੱਭੀ ਸੀ। ਫਿਰ ਉਹ ਫਲੇਅਰ ਗੰਨ ਨਾਲ ਉਸ ਘਰ ਵਿੱਚ ਗੋਲੀ ਚਲਾਉਂਦਾ ਹੈ। ਜਦੋਂ ਜੌਨ ਉਸ ਘਰ ਵਿੱਚ ਜਾਂਦਾ ਹੈ ਤਾਂ ਉਹ ਵੇਖਦਾ ਹੈ ਕਿ ਜਿਸ ਆਦਮੀ 'ਤੇ ਉਸਨੇ ਗੋਲੀ ਚਲਾਈ ਸੀ ਉਹ ਮਰ ਚੁੱਕਾ ਹੁੰਦਾ ਹੈ। ਉੱਥੇ ਹੀ ਉਸ ਆਦਮੀ ਦੀ ਪਤਨੀ ਵੀ ਹੁੰਦੀ ਹੈ। ਫਿਰ ਜੌਨ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਮੇਰਾ ਪਿੱਛਾ ਕਿਉਂ ਕਰ ਰਹੇ ਹੋ? ਤਾਂ ਔਰਤ ਕਹਿੰਦੀ ਹੈ ਕਿ ਅਸੀਂ ਤੇਰਾ ਪਿੱਛਾ ਨਹੀਂ ਕਰ ਰਹੇ, ਬਲਕਿ ਤੂੰ ਸਾਡਾ ਪਿੱਛਾ ਕਰ ਰਿਹਾ ਹੈ। ਦਰਅਸਲ ਦੋਸਤੋ, ਇੱਥੇ ਹਰ ਇੱਕ ਇਨਸਾਨ ਨੂੰ ਇਹੀ ਲੱਗਦਾ ਹੈ ਕਿ ਉਹ ਉਹਨਾਂ ਦਾ ਪਿੱਛਾ ਕਰ ਰਿਹਾ ਹੈ, ਜਦਕਿ ਇਸ ਤਰ੍ਹਾਂ ਨਹੀਂ ਹੈ। ਹਰ ਕੋਈ ਇਨਸਾਨ ਆਪਣੀ ਜਾਨ ਬਚਾ ਰਿਹਾ ਹੈ। ਜੌਨ ਬਾਅਦ ਵਿੱਚ ਇੱਥੋਂ ਚਲਾ ਜਾਂਦਾ ਹੈ ਅਤੇ ਉਸਦੇ ਪੈਰ 'ਤੇ ਜੋ ਤੀਰ ਵੱਜਿਆ ਹੁੰਦਾ ਹੈ ਉਸਨੂੰ ਕੱਢਦਾ ਹੈ ਅਤੇ ਉਸਨੂੰ ਬਹੁਤ ਦਰਦ ਹੁੰਦੀ ਹੈ। ਉਹ ਆਪਣੇ ਪੈਰ ਨੂੰ ਕਿਸੇ ਤਰੀਕੇ ਨਾਲ ਬੰਨ ਲੈਂਦਾ ਹੈ। ਹੁਣ ਉਹ ਅਤੇ ਉਸਦਾ ਬੇਟਾ ਆਪਣੇ ਸਫ਼ਰ 'ਤੇ ਫਿਰ ਇੱਕ ਵਾਰ ਤੁਰ ਪੈਂਦੇ ਹਨ, ਪਰ ਜੌਨ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ। ਉਸਨੂੰ ਚੱਲਣ ਵਿੱਚ ਵੀ ਬਹੁਤ ਮੁਸ਼ਕਲ ਹੋ ਰਹੀ ਹੁੰਦੀ ਹੈ ਅਤੇ ਨਾਲ ਉਸਦੀ ਤਬੀਅਤ ਵੀ ਖਰਾਬ ਹੋ ਰਹੀ ਹੁੰਦੀ ਹੈ। ਉਹ ਆਪਣੇ ਬੇਟੇ ਨੂੰ ਕਹਿੰਦਾ ਹੈ ਕਿ ਮੈਂ ਹੁਣ ਟਰਾਲੀ ਨਹੀਂ ਖਿੱਚ ਸਕਦਾ। ਉਹ ਹੁਣ ਕੁਝ ਜ਼ਰੂਰੀ ਸਮਾਨ ਆਪਣੇ ਬੈਗ ਵਿੱਚ ਪਾ ਲੈਂਦੇ ਹਨ ਅਤੇ ਇੱਥੋਂ ਬਿਨਾਂ ਟਰਾਲੀ 'ਤੇ ਨਿਕਲ ਜਾਂਦੇ ਹਨ। ਪਰ ਜੌਨ ਬਹੁਤ ਜ਼ਿਆਦਾ ਅੱਗੇ ਨਹੀਂ ਜਾ ਪਾਉਂਦਾ ਅਤੇ ਉਹ ਇੱਕ ਜਗ੍ਹਾ 'ਤੇ ਆ ਕੇ ਸਮੁੰਦਰ ਦੇ ਕਿਨਾਰੇ ਡਿੱਗ ਜਾਂਦਾ ਹੈ ਅਤੇ ਜੌਨ ਅਤੇ ਉਸਦੇ ਬੇਟੇ ਨੂੰ ਰਾਤ ਉੱਥੇ ਹੀ ਗੁਜ਼ਾਰਨੀ ਪੈਂਦੀ ਹੈ। ਅਗਲੀ ਸਵੇਰ ਜੌਨ ਦੇ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਬਚੀ ਸੀ ਕਿ ਉਹ ਉੱਠ ਕੇ ਤੁਰ ਸਕੇ ਅਤੇ ਆਪਣੇ ਬੇਟੇ ਨੂੰ ਕਹਿੰਦਾ ਹੈ ਕਿ ਅੱਗੇ ਦਾ ਸਫ਼ਰ ਤੈਨੂੰ ਖੁਦ ਹੀ ਤੈਅ ਕਰਨਾ ਪਵੇਗਾ। ਜੌਨ ਉਸਨੂੰ ਉਹ ਗੰਨ ਦਿੰਦਾ ਹੈ ਜਿਸ ਵਿੱਚ ਹਲੇ ਵੀ ਇੱਕ ਗੋਲੀ ਬਚੀ ਹੁੰਦੀ ਹੈ। ਫਿਰ ਜੌਨ ਆਪਣੇ ਬੇਟੇ ਨੂੰ ਕਹਿੰਦਾ ਹੈ ਕਿ ਜਿਸ ਤਰ੍ਹਾਂ ਆਪਾਂ ਹੁਣ ਤੱਕ ਸਫ਼ਰ ਤੈਅ ਕਰਕੇ ਆਏ ਹਾਂ, ਉਸੇ ਤਰ੍ਹਾਂ ਤੈਨੂੰ ਇਕੱਲੇ ਨੂੰ ਹੀ ਅੱਗੇ ਦਾ ਸਫ਼ਰ ਤੈਅ ਕਰਨਾ ਪਵੇਗਾ। ਜੌਨ ਦਾ ਬੇਟਾ ਜੌਨ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੇਰਾ ਕਦੇ ਵੀ ਸਾਥ ਨਹੀਂ ਛੱਡੋਗੇ, ਪਰ ਜੌਨ ਹੁਣ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ। ਜੌਨ ਦਾ ਬੇਟਾ ਕਹਿੰਦਾ ਹੈ ਕਿ ਮੈਂ ਤੈਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗਾ। ਫਿਰ ਉਹ ਰਾਤ ਨੂੰ ਜੌਨ ਦੇ ਨਾਲ ਹੀ ਸੌਂ ਜਾਂਦਾ ਹੈ। ਜਦੋਂ ਸਵੇਰੇ ਉੱਠਦਾ ਹੈ ਤਾਂ ਉਹ ਵੇਖਦਾ ਹੈ ਕਿ ਜੌਨ ਮਰ ਚੁੱਕਾ ਹੁੰਦਾ ਹੈ ਅਤੇ ਉਸਦਾ ਬੇਟਾ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ, ਪਰ ਉਸਨੂੰ ਹੁਣ ਅੱਗੇ ਦਾ ਸਫ਼ਰ ਖੁਦ ਹੀ ਤੈਅ ਕਰਨਾ ਪਵੇਗਾ। ਫਿਰ ਜੌਨ ਦਾ ਬੇਟਾ ਉਸ ਗੰਨ ਨੂੰ ਨਾਲ ਲੈ ਕੇ ਅੱਗੇ ਤੁਰ ਪੈਂਦਾ ਹੈ ਅਤੇ ਥੋੜ੍ਹੀ ਜਿਹੀ ਦੂਰ ਉਸਦੇ ਸਾਹਮਣੇ ਇੱਕ ਆਦਮੀ ਆ ਜਾਂਦਾ ਹੈ ਅਤੇ ਉਸ ਆਦਮੀ 'ਤੇ ਆਪਣੀ ਗੰਨ ਤਾਣ ਦਿੰਦਾ ਹੈ ਅਤੇ ਆਦਮੀ ਉਸਨੂੰ ਪੁੱਛਦਾ ਹੈ ਕਿ ਉਹ ਕੌਣ ਹੈ। ਤਾਂ ਜੌਨ ਦਾ ਬੇਟਾ ਉਸਨੂੰ ਕਹਿੰਦਾ ਹੈ ਕਿ ਉਹ ਮੇਰੇ ਪਿਤਾ ਹੈ, ਪਰ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਫਿਰ ਉਹ ਆਦਮੀ ਕਹਿੰਦਾ ਹੈ ਕਿ ਤੈਨੂੰ ਇਹ ਗੰਨ ਥੱਲੇ ਕਰ ਲੈਣੀ ਚਾਹੀਦੀ ਹੈ। ਜੌਨ ਦਾ ਬੇਟਾ ਪੁੱਛਦਾ ਹੈ ਕਿ ਤੂੰ ਚੰਗਾ ਇਨਸਾਨ ਹੈ, ਕਿਉਂਕਿ ਜੌਨ ਨੇ ਉਸਨੂੰ ਕਿਹਾ ਸੀ ਕਿ ਤੂੰ ਚੰਗੇ ਇਨਸਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਉਹ ਆਦਮੀ ਕਹਿੰਦਾ ਹੈ ਹਾਂ, ਮੈਂ ਇੱਕ ਚੰਗਾ ਇਨਸਾਨ ਹਾਂ। ਹੁਣ ਤੇਰੇ ਕੋਲ ਦੋ ਰਾਸਤੇ ਹਨ, ਜਾਂ ਇੱਥੇ ਰੁਕਣਾ ਅਤੇ ਜਾਂ ਫਿਰ ਸਾਡੇ ਨਾਲ ਸਫ਼ਰ 'ਤੇ ਅੱਗੇ ਜਾਣਾ। ਜੌਨ ਦਾ ਬੇਟਾ ਪੁੱਛਦਾ ਹੈ ਕਿ ਤੁਹਾਡੇ ਨਾਲ ਬੱਚੇ ਵੀ ਹਨ? ਉਹ ਕਹਿੰਦਾ ਹੈ ਹਾਂ, ਮੇਰੇ ਨਾਲ ਦੋ ਬੱਚੇ ਅਤੇ ਮੇਰੀ ਪਤਨੀ ਹੈ। ਫਿਰ ਉਹ ਆਪਣੇ ਪਿਤਾ ਦੀ ਡੈੱਡ ਬੋਡੀ ਕੋਲ ਜਾਂਦਾ ਹੈ ਅਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਹਰ ਰੋਜ਼ ਤੁਹਾਡੇ ਨਾਲ ਗੱਲਾਂ ਕਰਾਂਗਾ। ਫਿਰ ਉਹ ਉਹਨਾਂ ਲੋਕਾਂ ਕੋਲ ਜਾਂਦਾ ਹੈ ਅਤੇ ਉਹ ਵੇਖਦਾ ਹੈ ਕਿ ਉਹਨਾਂ ਦੇ ਕੋਲ ਦੋ ਬੱਚੇ ਅਤੇ ਇੱਕ ਕੁੱਤਾ ਵੀ ਹੁੰਦਾ ਹੈ। ਫਿਰ ਉਹ ਔਰਤ ਕਹਿੰਦੀ ਹੈ ਕਿ ਤੁਹਾਨੂੰ ਪਤਾ ਸੀ ਕਿ ਅਸੀਂ ਤੁਹਾਡਾ ਬੜੇ ਚਿਰ ਤੋਂ ਪਿੱਛਾ ਕਰ ਰਹੇ ਹਾਂ। ਫਿਰ ਜੌਨ ਦਾ ਬੇਟਾ ਕਹਿੰਦਾ ਹੈ ਕਿ ਨਹੀਂ, ਉਹ ਕਹਿੰਦੀ ਹੈ ਕਿ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਤੂੰ ਸਾਡੇ ਨਾਲ ਸੁਰੱਖਿਅਤ ਹੈ। ਜੌਨ ਦਾ ਬੇਟਾ ਹਲੇ ਵੀ ਡਰਿਆ ਹੋਇਆ ਉਹਨਾਂ ਵੱਲ ਵੇਖ ਰਿਹਾ ਹੁੰਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਇਸ ਦੁਨੀਆਂ 'ਤੇ ਬਹੁਤੇ ਲੋਕ ਆਦਮਖੋਰ ਹਨ। ਹੋ ਸਕਦਾ ਹੈ ਇਹ ਵੀ ਲੋਕ ਆਦਮਖੋਰ ਹੋਣ, ਪਰ ਉਸਨੂੰ ਕੁਝ ਵੀ ਸਮਝ ਨਹੀਂ ਆਉਂਦਾ ਅਤੇ ਉਹ ਇਹਨਾਂ ਨਾਲ ਜਾਣ ਲਈ ਤਿਆਰ ਹੋ ਜਾਂਦਾ ਹੈ। ਦੋਸਤੋ, ਲੇਖਕ ਨੇ ਇਸ ਕਹਾਣੀ ਦੀ ਐਂਡਿੰਗ ਤੁਹਾਡੇ 'ਤੇ ਛੱਡੀ ਹੈ। ਕਿ ਉਹ ਚੰਗੇ ਇਨਸਾਨ ਹਨ? ਕਿ ਉਹ ਸਾਊਥ ਤੱਕ ਪਹੁੰਚ ਸਕਣਗੇ? ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ।